ਇਹ ਜਿਹੜੀਆਂ ਤੁਸੀਂ ਇਹ ਸਾਰੇ ਸੋਲਰ ਪੈਨਲਸ ਦੇਖ ਰਹੇ ਹੋ ਇਹ ਜਿਹੜੇ ਆ ਇਹ 12 ਕਿਲੋਵਾਟ ਦੇ ਸਿਸਟਮ ਦੇ ਲੱਗੇ ਹੋਏ ਨੇ ਇਹ ਸੋਲਰ ਪੈਨਲਸ ਜਿਹੜਾ 330 ਵਾਟ ਦਾ ਇੱਕ ਪੈਨਲ ਆ ਇਹ ਦਾ ਸਟਰਕਚਰ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਵਾ ਉਹ ਵੀ ਕਾਫੀ ਮਜ਼ਬੂਤ ਜਿਹੜਾ ਵਾ ਸਟਰਕਚਰ ਆ ਉਹ ਉੱਤੇ ਲੱਗਾ ਹੋਇਆ ਫਿੱਟ ਕੀਤਾ ਹੋਇਆ ਵਾ ਇਨ ਇਹਦੇ ਵਿੱਚ ਇਹੋ ਜਿਹੀਆਂ ਟੈਕਨੀਕਸ ਆ ਕਿ A ਤੋਂ ਲੈ ਕੇ Z ਤੱਕ ਸਾਰਾ ਕੁਝ ਤੁਹਾਨੂੰ ਇਹਦੀ ਡਿਸਪਲੇ ਦੇ ਉੱਪਰ ਨਜ਼ਰ ਆਊਗਾ ਕਿੰਨੀ ਬੱਤੀ ਪੈਦਾ ਹੋ ਰਹੀ ਆ ਕਿੰਨੇ ਯੂਨਿਟ ਪੈਦਾ ਕਰ ਰਿਹਾ ਕਿੰਨੇ ਜੁੰਡ ਖਪਤ ਕਰ ਰਹੇ ਹੋ ਕਿੰਨੇ ਜੁੰਡ ਤੁਹਾਡੇ ਬਚ ਰਹੇ ਮਤਲਬ ਜੇਕਰ ਤੁਸੀਂ ਇਹ ਵਧੀਆ ਸਮਾਨ ਸਾਰਾ ਲਵਾਉਣਾ ਕਿਉਂਕਿ ਤੁਹਾਡੇ ਵਾਸਤੇ ਇੱਕ ਲੰਮੀ ਲਾਈਫ ਟਾਈਮ ਹੈ ਜੇ ਹਵਾ ਆਵੇ ਕੱਲ ਨੂੰ ਤੇ ਇਹ ਉੱਡ ਜਾਣ ਤੇ ਫਿਰ ਤਾਂ ਨੁਕਸਾਨ ਹੈ ਅਸੀਂ ਸਸਤਾ ਰੋਵੇ ਵਾਰ-ਵਾਰ ਕਰੋਵੇ ਇੱਕ ਵਾਰ ਫੋਟੀਜ ਚੰਗੀ ਖਰੀਦੋ ਤੇ ਚੰਗੀ ਚੀਜ਼ ਦੇ ਵਿੱਚ ਮਤਲਬ ਇਹ ਹੋਏਗਾ ਕਿ ਤੁਸੀਂ ਇਹਨੂੰ ਲਾਈਫਟਾਈਮ ਜੇ ਦੀ 25 30 ਸਾਲ ਜਾਂ 50 ਸਾਲੇ ਚੱਲੂਗਾ ਤੇ ਤੁਹਾਨੂੰ ਉਹਦਾ ਸਲਾ ਸਟਰਕਚਰ ਵੀ ਹੁੰਦਾ ਹੀ ਮਜ਼ਬੂਤ ਲਾਉਣਾ ਹਨਵਾਰੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਕੁਦਰਤ ਦੇ ਵਿੱਚ ਬਹੁਤ ਸਾਰੀ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਸਾਨੂੰ ਬਿਆਨਤ ਤਰ੍ਹਾਂ ਦੇ ਜਿਹੜੇ ਆ ਉਹ ਭੰਡਾਰ ਦਿੱਤੇ ਹੋਏ ਆ ਜੇ ਅਸੀਂ ਗੱਲ ਕਰਦੇ ਆ ਪਾਣੀ ਦੀ ਤੇ ਜਿੱਥੇ ਪਾਣੀ ਸਾਡੇ ਕੋਲ ਬਹੁਤ ਥੋੜਾ ਰਹਿ ਗਿਆ ਹੈ ਜਾਂ ਅਸੀਂ ਇਹਨੂੰ ਇੱਕ ਅਨਮੁੱਲੀ ਦਾਤ ਨੂੰ ਜਿਸ ਨੂੰ ਕਿ ਗੁਰੂ ਨਾਨਕ ਸਾਹਿਬ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਾ ਸਾਨੂੰ ਸੰਦੇਸ਼ ਦਿੱਤਾ ਹੈ ਪਾਣੀ ਜਿੱਥੇ ਥੋੜਾ ਰਹਿ ਗਿਆ ਹੈ ਜਿੱਥੇ ਅਸੀਂ ਗੰਦਲਾ ਕਰ ਰਹੇ ਆ ਉੱਥੇ ਇੱਕ ਬੜੀ ਵੱਡੀ ਸਮੱਸਿਆ ਆਉਣ ਵਾਲੇ ਸਮੇਂ ਦੇ ਵਿੱਚ ਬਿਜਲੀ ਦੀ ਵੀ ਖੜੀ ਹੋ ਰਹੀ ਆ ਔਰ ਉਸੇ ਦੇ ਤਹਿਤ ਪ੍ਰਮਾਤਮਾ ਨੇ ਸਾਨੂੰ ਇੱਕ ਬਹੁਤ ਵੱਡੀ ਜਿਹੜੀ ਆ ਉਹ ਬਖਸ਼ਿਸ਼ ਕੀਤੀ ਆ ਕਿ ਸਾਡੇ ਕੋਲ 100 ਰੂਜਾ ਜਿਹੜੀ ਆ ਉਹ ਅਜੋਕੇ ਸਮੇਂ ਦੇ ਵਿੱਚ ਬਹੁਤ ਵੱਡਾ ਵੱਡਮੁੱਲਾ ਯੋਗਦਾਨ ਪਾ ਰਹੀ ਆ ਬਿਜਲੀ ਦੇ ਵਿੱਚ ਜਿੱਥੇ ਕਿ ਅਸੀਂ ਪਾਣੀ ਦੇ ਸਰੋਤਾਂ ਦੀ ਗੱਲ ਕਰੀਏ ਤੇ ਉਹ ਘਟਦੇ ਜਾ ਰਹੇ ਆ ਉੱਥੇ ਦੁਜੇ ਜਿਹੜੇ ਰਸਤੇ અપਨਾਏ ਜਾ ਰਹੇ ਆ ਬਿਜਲੀ ਪੈਦਾ ਕਰਨ ਵਾਸਤੇ ਕੋਲਾ ਹੋ ਗਿਆ ਡੀਜ਼ਲ ਹੋ ਗਿਆ ਜਾਂ ਅਸੀਂ ਘਰਾਂ ਦੇ ਵਿੱਚ ਆਪਾਂ ਜਨਰੇਟਰ ਰੱਖੇ ਹੋਏ ਆ ਉਹ ਵਾਤਾਵਰਣ ਨੂੰ ਕਾਫੀ ਗੰਦਲਾ ਕਰ ਰਹੇ ਆ ਸੋ ਉਸੇ ਤਹਿਤ ਅੱਜ ਅਸੀਂ ਆਪ ਜੀ ਦੇ ਸਾਹਮਣੇ ਜਿਹੜੀ ਸੌਰ ਊਰਜਾ ਹੈ ਜਿਹਨੂੰ ਕਿ ਅਸੀਂ ਸੋਲਰ ਕਹ ਦਿੰਦੇ ਆ ਤੁਸੀਂ ਮੇਰੇ ਪਿੱਛੇ ਲੱਗੇ ਵੇਖ ਹੀ ਰਹੇ ਹੋ ਪੈਨਲਸ ਇਹਨਾਂ ਬਾਰੇ ਜਾਣਕਾਰੀ ਲਈ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਸੋਲਰ ਪੈਨਲਸ ਜਾਂ ਸੋਲਰ ਹੈ ਕੀ ਹੈ ਇਸ ਜਿਹੜੇ ਸੋਲਰ ਤੁਸੀਂ ਵੇਖ ਰਹੇ ਹੋ ਇਹ ਜਿਹੜਾ ਇਹ ਸਾਰਾ ਸੋਲਰ ਸਿਸਟਮ ਇਹਨੂੰ ਕਿਹਾ ਜਾਂਦਾ ਵਾ ਕਿ ਸੋਲਰ ਸਿਸਟਮ ਹੈ ਵੈਸੇ ਜਿਹੜਾ ਸੋਲਰ ਸਿਸਟਮ ਹੈ ਅਸਲੀ ਇਹਨੂੰ ਸੌਰ ਮੰਡਲ ਦੇ ਨਾਲ ਵੀ ਸੋਲਰ ਸਿਸਟਮ ਨੂੰ ਕਿਹਾ ਜਾਂਦਾ ਕਿ ਸੌਰ ਮੰਡਲ ਨੂੰ ਵੀ ਸੋਲਰ ਸਿਸਟਮ ਹੀ ਕਿਹਾ ਜਾਂਦਾ ਪਰ ਇਸ ਨੂੰ ਜਿਹੜੀਆਂ ਆਪਣੀਆਂ ਪਲੇਟਾਂ ਲੱਗੀਆਂ ਹੋਈਆਂ ਨੇ ਤੁਸੀਂ ਇੱਥੇ ਤੁਸੀਂ ਵੇਖ ਰਹੇ ਹੋ ਉੱਪਰ ਇਹ ਬਿਜਲੀ ਜਿਹੜੀ ਧੋਪੇ ਦੇ ਉੱਪਰ ਪੈਂਦੀ ਹੈ ਤੇ ਇਹ ਬੱਤੀ ਪੈਦਾ ਕਰਦੀਆਂ ਬਿਜਲੀ ਪੈਦਾ ਕਰਦੀਆਂ ਵਾ ਔਰ ਇਹ ਬਹੁਤ ਵੱਡਾ ਇੱਕ ਆਧੁਨਿਕ ਜਿਹੜਾ ਵਾ ਰੋਲ ਨਿਭਾ ਰਹੇ ਆ ਮੌਜੂਦਾ ਸਮੇਂ ਦੇ ਵਿੱਚ ਇਹਦੀ ਬਹੁਤ ਜ਼ਿਆਦੀ ਜਿਹੜੀ ਆ ਉਹ ਮੰਗ ਵੱਧ ਚੁੱਕੀ ਆ ਕਿਉਂਕਿ ਜਿਹੜੇ ਲੋਕ ਆ ਉਹ ਵੀ ਜਾਗਰੂਕ ਹੋ ਚੁੱਕੇ ਆ ਔਰ ਇਹ ਜਿਹੜੇ ਸੋਲਰ ਸਿਸਟਮ ਦੇ ਵਿੱਚ ਕੀ ਆ ਕਿ ਇਹਨਾਂ ਇਹ ਪਲੇਟਾਂ ਸਾਡੀਆਂ ਛੱਤ ਦੇ ਉੱਪਰ ਲੱਗ ਜਾਂਦੀਆਂ ਇਹ ਬੱਤੀ ਪੈਦਾ ਕਰਦੀਆਂ ਨੇ ਬਿਜਲੀ ਪੈਦਾ ਕਰਦੀਆਂ ਨੇ ਤੇ ਉਹ ਅਸੀਂ ਬਿਜਲੀ ਜਿਹੜੀ ਆ ਅਸੀਂ ਆਪਣੇ ਵਰਤੋਂ ਚ ਲਿਓਨੇ ਆ ਇਹ ਵੱਖ-ਵੱਖ ਤਰ੍ਹਾਂ ਦੀਆਂ ਪਲੇਟਾਂ ਵੱਖ-ਵੱਖ ਕੰਪਨੀਆਂ ਜਿਹੜੀਆਂ ਵਾ ਉਹ ਬਣਾਉਂਦੀਆਂ ਪਈਆਂ ਨੇ ਬਹੁਤ ਸਾਰੀਆਂ ਕੰਪਨੀਆਂ ਮਾਰਕੀਟ ਦੇ ਵਿੱਚ ਇਹਨੂੰ ਮਤਲਬ ਬਣਾ ਰਹੀਆਂ ਨੇ ਔਰ ਇਹਦੀ ਲੋੜ ਇਸ ਕਰਕੇ ਆ ਜਿਆਦੀ ਕਿ ਜਿਹੜਾ ਵਾ ਮਤਲਬ ਆਉਣ ਵਾਲਾ ਜਿਹੜਾ ਆਪਣਾ ਸਮਾਂ ਵਾ ਉਹਦੇ ਵਿੱਚ ਜਿਹੜੀ ਬੱਤੀ ਦੀ ਖਪਤ ਆ ਜਾਂ ਬੱਤੀ ਮਹਿੰਗੀ ਬਹੁਤ ਹੋ ਰਹੀ ਆ ਇੱਕ ਤਾਂ ਸਾਡੇ ਪੰਜਾਬ ਦੇ ਵਿੱਚ ਬੱਤੀ ਬਹੁਤ ਜਿਆਦੀ ਮਹਿੰਗੀ ਹੋਣ ਕਰਕੇ ਇਹਦੀ ਲੋੜ ਜਿਆਦੀ ਇਸ ਕਰਕੇ ਆ ਔਰ ਬੱਤੀ ਦੇ ਪੂਰੀਆਂ ਘਾਟਾਂ ਜਿੱਦਾਂ ਹੁਣ ਕੱਟ ਜਿਹੜਾ ਵਾ ਉਹ ਜਾਦੇ ਲੱਗ ਰਹੇ ਆ ਔਰ ਕੱਟ ਜ਼ਿਆਦਾ ਲੱਗਣ ਦੇ ਕਰਕੇ ਵੀ ਇਹਦੀ ਮੰਗ ਕਾਫੀ ਵੱਧ ਗਈ ਆ ਤੇ ਇਸੇ ਕਰਕੇ ਇਹਦੀ ਜਿਹੜੀ ਲੋਡ ਜ਼ਿਆਦੀ ਇਸ ਕਰਕੇ ਇਹਦੀ ਜਿਹੜੀ ਹੈ ਜ਼ਿਆਦੀ ਲੋਡ ਪਈ ਆ ਔਰ ਨੰਬਰ 2 ਆ ਕੇ ਜਿਹੜੀ ਹੈ ਸੋਲਰ ਹੈਗਾ ਸਿਸਟਮ ਇਹ ਤਿੰਨ ਤਰੀਕਿਆਂ ਦੇ ਨਾਲ ਕੰਮ ਕਰਨ ਦੇ ਆ ਜੀ ਮੌਜੂਦਾ ਸਮੇਂ ਦੇ ਵਿੱਚ ਉਹ ਤਿੰਨ ਤਰੀਕਿਆਂ ਦੇ ਨਾਲ ਜਿਹੜਾ ਕੰਮ ਕਰਨ ਲਿਆ ਵਾ ਉਹ ਇਸ ਤਰ੍ਹਾਂ ਜੀ ਪਹਿਲਾ ਸਿਸਟਮ ਸਾਡੇ ਕੋਲ ਜਿਹੜਾ ਇਹ ਸੋਲਰ ਦੀ ਆਪਾਂ ਗੱਲ ਕਰਦੇ ਆਂ ਤੇ ਇੱਕ ਆਉਂਦਾ ਜੀ ਔਨ ਗ੍ਰਿਡ ਇੱਕ ਆਰਿਆ ਜੀ ਆਫ ਗ੍ਰਿਡ ਔਰ ਤੀਸਰਾ ਹਾਈਬ੍ਰਿਡ ਸਿਸਟਮ ਹੈ ਔਨ ਗ੍ਰਿਡ ਤੇ ਆਫ ਗ੍ਰਿਡ ਜਿਹੜਾ ਇਹਨਾਂ ਬਾਰੇ ਅਸੀਂ ਪਹਿਲਾਂ ਗੱਲ ਕਰਾਂਗੇ ਜਿਹੜਾ ਔਨ ਗ੍ਰਿਡ ਹੈ ਜਿਹੜਾ ਸਿਸਟਮ ਤੁਸੀਂ ਮੇਰੇ ਮਗਰ ਲੱਗਾ ਵੇਖ ਰਹੇ ਹੋ ਇਹ ਕੁਝ 12 ਕਿਲੋਵਾਟ ਦਾ ਜਿਹੜਾ ਸਿਸਟਮ ਆ ਉਹ ਲੱਗਾ ਹੋਇਆ ਤੇ ਔਨ ਗ੍ਰਿਡ ਸਿਸਟਮ ਹੈ ਆਨ ਗ੍ਰਿਡ ਸਿਸਟਮ ਦੇ ਵਿੱਚ ਜਿਹੜਾ ਹੁੰਦਾ ਹੈ ਕਿ ਇਹਦੇ ਵਿੱਚ ਤੁਸੀਂ ਜਿਹੜੀ ਆ ਲਾਈਟ ਹੁੰਦੀ ਹੈ ਉਹ ਜਿਹੜੀ ਆ ਤੁਸੀਂ ਦਿਨ ਵੇਲੇ ਵਰਤ ਸਕਦੇ ਹੋ ਠੀਕ ਹੈ ਜੀ ਔਰ ਇਹ ਜਿਹੜੀ ਵਾਧੂ ਲਾਈਟ ਜਿਹੜੀ ਤੁਹਾਡੇ ਕੋਲ ਵੱਜ ਜਾਂਦੀ ਆ ਉਹ ਤੁਸੀਂ ਪਾਵਰ ਕਾਰਪੋਰੇਸ਼ਨ ਜਿਹੜੀ ਪੀਐਸਪੀਸੀਐਲ ਹੈ ਉਹਨੂੰ ਅਸੀਂ ਵਾਪਸ ਵੀ ਵੇਚ ਸਕਦੇ ਆ ਔਰ ਜਿਸ ਤਰ੍ਹਾਂ ਮਤਲਬ ਇਹ ਜਿਹੜਾ ਆਨ ਗ੍ਰਿਡ ਸਿਸਟਮ ਆ ਇਹ ਸਾਰਾ ਹੀ ਜਿਹੜਾ ਪੀਐਸਪੀਸੀਐਲ ਹੈ ਇਹਨਾਂ ਵੱਲੋਂ ਜਿਹੜਾ ਵਾ ਮਨਜ਼ੂਰੀ ਸੁਧਾ ਮਨਜ਼ੂਰ ਹੋ ਕੇ ਕਿਉਂਕਿ ਇੱਕ ਇਹਨਾਂ ਦੇ ਪ੍ਰੋਸੈਸ ਹੁੰਦਾ ਹੈ ਬਿਲਕੁਲ ਉਹ ਫਾਈਲ ਬਣ ਕੇ ਉਹਨਾਂ ਕੋਲ ਜਾਂਦੀ ਹੈ ਤੇ ਉਹ ਜਦੋਂ ਫਾਈਲ ਬਣ ਕੇ ਉੱਥੋਂ ਮਨਜ਼ੂਰੀ ਮਿਲਦੀ ਹੈ ਕਿਉਂਕਿ ਇਹ ਕੁਝ 10 ਤੋਂ 15 ਦਿਨ ਦਾ ਪ੍ਰੋਸੈਸ ਹੁੰਦਾ ਰਹਿੰਦਾ ਵਾ ਕਿਉਂਕਿ ਉੱਥੋਂ ਇੱਕ ਮੀਟਰ ਮਨਜ਼ੂਰ ਹੋ ਕੇ ਆਉਣਾ ਹੁੰਦਾ ਉਹ ਲੱਗਦਾ ਵਾ ਔਰ ਇਹ ਜਿਹੜਾ ਪ੍ਰੋਸੈਸ ਔਨ ਗ੍ਰਿਡ ਹੁੰਦਾ ਹੈ ਇੱਕ ਹੁੰਦਾ ਹੈ ਆਫ ਗ੍ਰਿਡ ਆਫ ਗ੍ਰਿਡ ਦੇ ਵਿੱਚ ਹੁੰਦਾ ਹੈ ਕਿ ਅਸੀਂ ਜਿਹੜੀ ਬੱਤੀ ਆ ਉਹਨੂੰ ਅਸੀਂ ਸਟੋਰ ਕਰ ਸਕਦੇ ਬਿਜਲੀ ਨੂੰ ਔਰ ਬਿਜਲੀ ਜਿਹੜੀ ਸਟੋਰ ਹੁੰਦੀ ਹੈ ਉਹ ਅਸੀਂ ਬੈਟਰੀਜ਼ ਨਾਲ ਲੈਨੇ ਆ ਬੈਟਰੀਆਂ ਦੇ ਵਿੱਚ ਤੇ ਸਟੋਰ ਹੁੰਦੀ ਆ ਤੇ ਉਹ ਅਸੀਂ ਉਸ ਤੋਂ ਬਾਅਦ ਉਹਨੂੰ ਵਰਤ ਸਕਦੇ ਆ ਔਰ ਜੇਕਰ ਹਾਈਬ੍ਰਿਡ ਦੀ ਗੱਲ ਕਰੀਏ ਤੇ ਉਹ ਦੋਵਾਂ ਤਰੀਕਿਆਂ ਨਾਲ ਕੰਮ ਕਰਦਾ ਔਰ ਜਿਹੜਾ ਮੇਨ ਆ ਹੁਣ ਉਹ ਮੇਨ ਜਿਹੜਾ ਵਾ ਔਨ ਗ੍ਰਿਡ ਸਿਸਟਮ ਬਹੁਤ ਵਧੀਆ ਤੇ ਬਹੁਤ ਜ਼ਿਆਦਾ ਚੱਲ ਰਿਹਾ ਇੱਕ ਤਾਂ ਆਮ ਲੋਕਾਂ ਦੀ ਪਹੁੰਚ ਦੇ ਵਿੱਚ ਆਇਆ ਔਨ ਗ੍ਰਿਡ ਸਿਸਟਮ ਉਹਦੇ ਵਿੱਚ ਦੋ ਕਾਰਨ ਇਹ ਆ ਕਿ ਇੱਕ ਤਾਂ ਇਹ ਸਸਤਾ ਪੈਂਦਾ ਇੱਕ ਇਹਦੀ ਮੈਂਟੀਨੈਂਸ ਕਾਸਟ ਕੋਈ ਨਹੀਂ ਹੈਗੀ ਜੇਕਰ ਤੁਸੀਂ ਮੈਂਟੀਨੈਂਸ ਕਾਸਟ ਵੇਖੋ ਤੇ ਮੈਂਟੇਨੈਂਸ ਕਾਸਟ ਉਹ ਕਾਸਟ ਹੁੰਦੀ ਆ ਕਿ ਜਿਵੇਂ ਖਰਚਾ ਇਹਦਾ ਜਿਹੜਾ ਬਾਅਦ ਦੇ ਵਿੱਚ ਤੁਸੀਂ ਰਿਪੇਅਰਿੰਗ ਰਿਪੇਅਰਿੰਗ ਤੇ ਜਿਹੜਾ ਖਰਚਾ ਵਾ ਨਾ ਉਹ ਇਹਦਾ ਕੋਈ ਨਹੀਂ ਆ ਕੋਈ ਤੁਸੀਂ ਮੈਂਟੇਨੈਂਸ ਕੋਈ ਨਹੀਂ ਕਰਨੀ ਪੈਣੀ ਇੱਕ ਜਿਹੜੀ ਪਲੇਟ ਦੀ ਐਫੀਸ਼ੀਐਂਸੀ ਆ ਐਫੀਸ਼ੀਐਂਸੀ 25 ਸਾਲ ਦੀ ਐਫੀਸ਼ੀਐਂਸੀ ਆ ਤੇ 25 ਸਾਲਾਂ ਬਾਅਦ ਵੀ ਇਹ ਨਹੀਂ 25 ਸਾਲ ਬਾਅਦ ਇਹਨੇ ਖਤਮ ਹੋ ਜਾਣਾ ਵਾ 25 ਸਾਲ ਬਾਅਦ ਆਪਾਂ ਇਹਨੂੰ ਮਤਲਬ ਕਹਿ ਸਕਦੇ ਹਾਂ ਕਿ 10 ਤੋਂ 15% ਘਟਦੀ ਹੈ ਤੁਸੀਂ ਸਾਲ ਦੀ 1% ਲਾਓਗੇ ਇਹਦੀ ਐਫੀਸ਼ੀਐਂਸੀ ਘਟਦੀ ਜਾਂਦੀ ਆ ਫਿਰ ਵੀ 25% ਘਟੂਗੀ ਇਹ 50 ਸਾਲ ਤੱਕ ਚੱਲਣ ਲਈ ਇਹ ਕੈਪੇਬਲ ਹੈਗੀਆਂ ਪਲੇਟਾਂ ਸੋਲਰ ਸਿਸਟਮ ਦੀ ਲੋਡ ਇਸ ਕਰਕੇ ਪਈ ਆ ਕਿ ਜੇ ਹੁਣ ਵੇਖੀਏ ਬਿਜਲੀ ਜਿਹੜਾ ਵਾ ਉਹ ਸਾਡੀ ਪਹੁੰਚ ਤੋਂ ਇੱਕ ਤਰ੍ਹਾਂ ਦੀ ਬਾਹਰ ਹੁੰਦੀ ਜਾ ਰਹੀ ਆ ਪਹਿਲਾਂ ਦੀ ਜੇ ਗੱਲ ਅਸੀਂ ਕਰਦੇ ਹਾਂ ਤੇ ਕੁੰਡੀਆਂ ਵੀ ਲੱਗਦੀਆਂ ਰਹੀਆਂ ਹਰੇਕ ਕੰਮ ਹੁੰਦਾ ਰਿਹਾ ਔਰ ਉਸ ਤੋਂ ਬਾਅਦ ਮੀਟਰ ਹੁਣ ਬਾਹਰ ਹੋ ਗਿਆ ਘਰਾਂ ਤੋਂ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਗਿਆ ਇੱਕ ਤਾਂ ਰੇਟ ਬਿਜਲੀ ਦੇ ਕਾਫੀ ਹਾਈ ਹੋ ਚੁੱਕੇ ਆ ਔਰ ਦੂਸਰੀ ਆ ਕੇ ਪ੍ਰੋਪਰ ਬੱਤੀ ਮੇਲ ਵੀ ਨਹੀਂ ਰਹੀ ਮਤਲਬ ਲਾਈਟ ਜਦੋਂ ਗਰਮੀਆਂ ਦੇ ਵਿੱਚ ਹੁੰਦੇ ਆ ਗਰਮੀਆਂ ਦੇ ਵਿੱਚ ਸਰਕਾਰ ਜਿਹੜੀ ਆ ਉਹ ਕਿਸਾਨਾਂ ਨੂੰ ਬਿਜਲੀ ਦਿੰਦੀ ਆ ਤੇ ਪਿੰਡਾਂ ਖਾਸ ਪਿੰਡਾਂ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਵੱਡੇ ਜਿਹੜੇ ਆ ਕੱਟ ਆਉਂਦੇ ਆ ਉਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀ ਇੱਕ ਸੌਰ ਊਰਜਾ ਵਾ ਜਾਂ ਸੋਲਰ ਆ ਇਹ ਸਾਡਾ ਜਿਹੜੀਆਂ ਬਹੁਤ ਸਾਰੀਆਂ ਮੁਸੀਬਤਾਂ ਦਾ ਇਹ ਹਾਲ ਹੈ ਸੋ ਇਹ ਸੋਲਰ ਸਿਸਟਮ ਲਵਾਉਣ ਦੇ ਹੁਣ ਫਾਇਦੇ ਕੀ ਆ ਫਾਇਦੇ ਇਹ ਆ ਕਿ ਇੱਕ ਤਾਂ ਸਾਨੂੰ ਜਿਹੜੀ ਬਿਜਲੀ ਬਹੁਤ ਜ਼ਿਆਦੀ ਮਹਿੰਗੀ ਮਿਲ ਰਹੀ ਆ ਉਹ ਤੋਂ ਆਪਾਂ ਬਚਾਅ ਕਰ ਸਕਦੇ ਆ ਆਪਣੀ ਜੇਬ ਤੇ ਜਿਹੜਾ ਇੱਕੇ ਵਾਰੀ ਇਹਦੀ ਜਿਹੜਾ ਖਰਚਾ ਵਾ ਨੋਮੀਨਲ ਜਿੰਨਾ ਕ ਆਪਾਂ ਮਤਲਬ ਆਪਣੀ ਜੇਬ ਆਪਣੀ ਵਾਰਾ ਖਾਂਦੀ ਆ ਕਿਉਂਕਿ ਜਿੱਦਾਂ ਤੁਹਾਡੇ ਘਰ ਦਾ ਜਿੰਨਾ ਲੋਡ ਆ ਉਸ ਮੁਤਾਬਕ ਤੁਸੀਂ ਇਹਨੂੰ ਇੰਸਟਾਲ ਕਰਵਾ ਸਕਦੇ ਜੀ ਮਤਲਬ ਜੇਕਰ ਤੁਹਾਡਾ 2 ਕਿਲੋਵਾਟ ਆ ਤੁਸੀਂ 2 ਕਿਲੋਵਾਟ ਵੀ ਲਵਾ ਸਕਦੇ ਜੇ 3 ਕਿਲੋਵਾਟ ਆ 3 ਕਿਲੋਵਾਟ ਵੀ ਲਵਾ ਸਕਦੇ ਮਤਲਬ ਅਮੂਮਨ ਜੇ ਇੱਕ ਪਰਿਵਾਰ ਦਾ ਸੀ ਲਾਈਏ 3 ਕਿਲੋਵਾਟ ਦਾ ਲੋਡ ਆ ਤੇ ਉਹਨੂੰ ਅਮੂਮਨ ਜਿਹੜਾ ਬੇਲਿਆ ਉਹ ਤਕਰੀਬਨ 4 ਤੋਂ 5000 ਵਿੱਚ ਆਉਣ ਡਿਆ ਵਾ ਜੇ ਤੇ ਉਹਦਾ ਕਾਫੀ ਜਿਹੜਾ ਉਹ ਖਰਚਾ ਉਹ ਘਟ ਜਾਂਦਾ ਵਾ ਹੁਣ ਜੇਕਰ ਅਸੀਂ ਸੋਲਰ ਸਿਸਟਮ ਦਾ ਗੱਲ ਕਰਦੇ ਜਿਹੜਾ ਸੋਲਰ ਸਿਸਟਮ ਦਾ ਜਿਹੜਾ ਖਰਚਾ ਵਾ ਇਹ ਮਾਰਕੀਟ ਦੇ ਵਿੱਚ ਵੱਖੋ ਵੱਖ ਜਿਹੜੇ ਖਰਚਿਆਂ ਦੇ ਵਿੱਚ ਅਵੇਲੇਬਲ ਹੋ ਜਾਂਦਾ ਜੇ 1 ਕਿਲੋਵਾਟ ਦੀ ਅਸੀਂ ਗੱਲ ਕਰਦੇ ਆਂ ਤੇ ਕੁਝ ਇਹ ਕੁਝ ਜਿਹੜੇ ਸਮਾਨ ਦੇ ਵਿੱਚ ਕਿਸ ਤਰ੍ਹਾਂ ਦਾ ਤੁਸੀਂ ਸਮਾਨ ਲਵਾ ਰਹੇ ਜੇ ਕਿਉਂਕਿ ਮਾਰਕੀਟ ਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਆ ਚੀਜ਼ ਓਵੇਲੇਬਲ ਹੈਗੀ ਆ ਜੇਕਰ ਤੁਸੀਂ ਉਹਦਾ ਵਿੱਚ ਚੰਗਾ ਇਹਦਾ ਜਿਹੜਾ ਸਟਰਕਚਰ ਆ ਉਹ ਜੀਆਈ ਗ੍ਰੈਨੂਲਰ ਆਇਰਨ ਦਾ ਜਿਹੜਾ ਹੁੰਦਾ ਵਾ ਜਿੰਨੂੰ ਆਪਾਂ ਜਸਤੀ ਲੋਹਾ ਹੁੰਦੇ ਆ ਉਹ ਉਹ ਲਵਾ ਰਹੇ ਆ ਉਹ ਕਿੰਨੇ ਮੋਟਾ ਉਹਦੇ ਵਿੱਚ ਪੱਤੀ ਲੱਗ ਰਹੀ ਆ ਉਹਦੇ ਵਿੱਚ ਵੀ ਕਾਫਾ ਕਾਫੀ ਉਲੀ ਉਲਾ ਛਪਾ ਰਹਿੰਦਾ ਵਾ ਉਹਦੇ ਵਿੱਚ ਰੇਟ ਦਾ ਫਰਕ ਆ ਜਾਂਦਾ ਫਿਰ ਤੁਸੀਂ ਇਹਦੀਆਂ ਵਾਇਰਸ ਕਿਹੜੀਆਂ ਲਾ ਰਹੇ ਹੋ ਉਹਦਾ ਫਰਕ ਰਹਿੰਦਾ ਹੈ ਸੋ ਮਾਰਕੀਟ ਦੇ ਵਿੱਚ ਜੇ ਅਸੀਂ ਗੱਲ ਕਰੀਏ ਮਾਰਕੀਟ ਦੇ ਵਿੱਚ ਮਤਲਬ ਵੱਖੋ ਵੱਖ ਰੇਟ ਇਹ ਦੇ ਅਵੇਲੇਬਲ ਹੈਗੇ ਆ 60000 ਪ੍ਰਤੀ ਕਿਲੋਵਾਟ ਤੋਂ ਜਿਹੜਾ ਵਾ ਰੇਟ ਉਹ ਸਟਾਰਟ ਹੋ ਜਾਂਦਾ ਵਾ ਔਰ ਉਸ ਤੋਂ ਉੱਪਰ ਤੁਸੀਂ ਚੰਗਾ ਜਾਂ ਇਸ ਤੋਂ ਥੱਲੇ ਜੇ ਕੋਈ ਮਾੜਾ ਸਮਾਨ ਲਾਉਂਦਾ ਤੇ ਥੱਲੇ ਵੀ ਕੋਈ ਰੇਟ ਦੇ ਸਕਦਾ ਵਾ ਵੱਖੋ ਵੱਖ ਜਿਹੜਾ ਮਾਰਕੀਟ ਦੇ ਵਿੱਚ ਅਵੇਲੇਬਲ ਆ ਹੁਣ ਅਸੀਂ ਗੱਲ ਕਰਦੇ ਆ ਜੀ ਇਹ ਆਪਾਂ ਅਪਲਾਈ ਕਿਵੇਂ ਕਰਨਾ ਜਿਹੜਾ ਔਨ ਗ੍ਰਿਡ ਸਿਸਟਮ ਆ ਉਹ ਤੁਸੀਂ ਆਪਣੇ ਵੈਬਸਾਈਟ ਆਨਲਾਈਨ ਵੈਬਸਾਈਟ ਤੇ ਜਾ ਕੇ ਵੀ ਅਪਲਾਈ ਕਰ ਸਕਦੇ ਹੋ ਜਾਂ ਲੋਕਲ ਤੁਸੀਂ ਡੀਲਰ ਕੋ ਜਾ ਕੇ ਵੀ ਅਪਲਾਈ ਕਰ ਸਕਦੇ ਹੋ ਕਿਉਂਕਿ ਉਹਦੇ ਐਪਲੀਕੇਸ਼ਨ ਦੇਣ ਤੋਂ ਬਾਅਦ ਕੀ ਹੁੰਦਾ ਹੈ ਕਿ ਇੱਕ ਇੱਕ ਹਰਾਰਕੀ ਇੱਕ ਉਹਨਾਂ ਨੇ ਪ੍ਰੋਸੀਜਰ ਬਣਾਇਆ ਹੋਇਆ ਹੈ ਕਿ ਜਿਹੜਾ ਐਪਲੀਕੇਸ਼ਨ ਪਹਿਲਾਂ ਤੁਹਾਡੀ PSPCL ਕੋ ਜਾਉਗੀ ਉਸ ਤੋਂ ਬਾਅਦ ਆ ਔਰ ਜਿਹੜੀ PSPCL ਆ ਉਹ ਜਿਹੜਾ ਆਪਾਂ ਕਨੈਕਸ਼ਨ ਅਪਲਾਈ ਕਰਨਾ ਔਨ ਗ੍ਰਿਡ ਦਾ ਉਹਦੇ ਵਿੱਚ ਕੀ ਆ ਕਿ ਤੁਸੀਂ 80% ਤੱਕ ਆਪਣਾ ਤੁਸੀਂ ਜਿੰਨਾ ਤੁਹਾਡਾ ਲੋਡ ਆ ਜੇ ਤੁਹਾਡਾ ਘਰ ਦਾ 5 ਕਿਲੋਵਾਟ ਦਾ ਲੋਡ ਆ ਤੇ ਤੁਸੀਂ 80% ਮਤਲਬ ਉਹ ਕੁਝ ਤੁਸੀਂ 4 ਕਿਲੋਵਾਟ ਤੱਕ ਅਪਲਾਈ ਕਰ ਸਕਦੇ ਹੋ ਤੇ 4 ਕਿਲੋਵਾਟ ਦਾ ਤੁਸੀਂ ਜਿਹੜਾ ਸਿਸਟਮ ਆਪਣੇ ਘਰ 'ਚ ਲਵਾ ਸਕਦੇ ਹੋ ਉਹ ਜਿਹੜਾ ਮਤਲਬ ਤੁਸੀਂ ਸਿਸਟਮ ਲਵਾ ਸਕਦੇ ਹੋ ਤੇ ਜੇ ਆਫ ਗ੍ਰਿਡ ਦੀ ਗੱਲ ਕਰਦੇ ਆਫ ਗ੍ਰਿਡ ਵਾਸਤੇ ਇਹੋ ਜੀ ਕੋਈ ਵੀ ਆਪਾਂ ਨੂੰ ਬੰਦਸ਼ ਨਹੀਂ ਹੈਗੀ ਪੀਸੀਆਰ ਕੋ ਜਾਣ ਦੀ ਇਹਨੂੰ ਲੋਡ ਨਹੀਂ ਪੈਂਦੀ ਉਹਦੇ ਵਿੱਚ ਸਿੱਧਾ ਹੀ ਆਪਾਂ ਇਨਵਰਟਰ ਲਿਆਉਣਾ ਹੁੰਦਾ ਵਾ ਤੇ ਇਨਵਰਟਰ ਲਾ ਕਰਕੇ ਤੇ ਆਪਣੀਆਂ ਪਲੇਟਾਂ ਲਾਓ ਜਿੰਨਾ ਤੁਸੀਂ ਕਿਉਂਕਿ ਇਹ ਜਿਹੜੀ ਇੱਕ ਪਲੇਟ ਆ ਇਹ ਕੁਛ 270 ਵਾਟ ਦੀ ਵੀ ਆਉਂਦੀ ਏ ਔਰ ਇਹਦੇ ਵਿੱਚ ਜਿਹੜੀ ਆ ਉਹ 330 ਵਾਟ ਦੀ ਪਲੇਟ ਵੀ ਆਉਂਦੀ ਏ ਉਹ ਆਪਣੀ ਮਰਜ਼ੀ ਆ ਅਸੀਂ ਵੱਡੀ ਲਵਾਉਣੀ ਆ ਕਿਉਂਕਿ ਜਿਹੜਾ ਭਾਰਤ ਦੇ ਵਿੱਚ ਜਿਹੜੀ ਆ ਉਹ 330 ਵਾਟ ਜਿਹੜੀ ਆ ਪਲੇਟ ਉਹ ਬਣ ਰਹੀ ਆ ਇਸ ਤੋਂ ਉੱਪਰ ਨਹੀਂ ਹੈਗੀ ਹਾਲਾਂਕਿ ਚਾਈਨਾ ਦੇ ਵਿੱਚ ਜਿਹੜਾ ਚਾਈਨਾ ਵਾ ਉਹਨੇ ਤਰੱਕੀ ਕਰ ਲਈ ਆ ਉਥੇ 500 ਵਾਟ ਦੀ ਵੀ ਪਲੇਟ ਆ ਰਹੀ ਹੈ ਪਰ ਸਾਡੇ ਜਿਹੜੇ ਆ ਇੱਥੇ ਇੰਡੀਆ ਦੇ ਵਿੱਚ ਕਹਿ ਸਕਦੇ ਮਾਰਕੀਟ ਦੇ ਵਿੱਚ 330 ਵਾਟ ਦੀ ਪਲੇਟ ਜਿਹੜੀ ਆ ਜਿਹੜੀ ਸੋਲਰ ਪਲੇਟ ਆ ਉਹ ਅਵੇਲੇਬਲ ਆ ਉਸ ਤੋਂ ਬਾਅਦ ਇਹ ਚ ਜਿਹੜਾ ਇਨਵਰਟਰ ਤੇ ਕਨਵਰਟਰ ਹੁੰਦਾ ਵਾ ਇੱਕ ਇਨਵਰਟਰ ਜਿਹੜਾ ਆਫ ਗ੍ਰਿਡ ਦੇ ਵਿੱਚ ਲੱਗਦਾ ਵਾ ਜਿਹੜਾ ਕਨਵਰਟਰ ਹੁੰਦਾ ਵਾ ਉਹ ਔਨ ਗ੍ਰਿਡ ਦੇ ਵਿੱਚ ਲੱਗਦਾ ਜਿਹੜਾ ਕਨਵਰਟਰ ਆ ਉਹ ਵੀ ਚੰਗੀ ਕੰਪਨੀ ਦਾ ਜੇ ਤੁਸੀਂ ਲਾਉਂਦੇ ਜੇ ਉਹਦੇ ਵਿੱਚ 5 ਸਾਲ ਦੀ ਉਹਦੀ ਵਾਰੰਟੀ ਮਿਲ ਜਾਂਦੀ ਆ ਕਿ 5 ਸਾਲ ਤੱਕ ਉਹਦੀ ਉਹਦੀ ਮੇਨਟੇਨੈਂਸ ਜਿਹੜੀ ਆ ਉਹ ਕੰਪਨੀ ਵੱਲੋਂ ਕੀਤੀ ਜਾਂਦੀ ਆ ਔਰ ਉਸ ਤੋਂ ਬਾਅਦ ਜੇ ਇਨਵਰਟਰ ਆ ਇਨਵਰਟਰ ਦੇ ਤੇ ਬੈਟਰੀਆਂ ਦੇ ਵੱਖ-ਵੱਖ ਰੇਟ ਰਹਿੰਦੇ ਆ ਔਰ ਇਸ ਤੋਂ ਬਾਅਦ ਆ ਕੇ ਮਤਲਬ ਹਾਈਬ੍ਰਿਡ ਸਿਸਟਮ ਆ ਜਾਂਦਾ ਹਾਈਬ੍ਰਿਡ ਸਿਸਟਮ ਇਹਨਾਂ ਅਜੇ ਪਰਫੁੱਲਤ ਨਹੀਂ ਹੋਇਆ ਕਿਉਂਕਿ ਹਾਈਬ੍ਰਿਡ ਸਿਸਟਮ ਦੇ ਵਿੱਚ ਜਿਹੜੀ ਤੁਹਾਨੂੰ ਜਿਹੜੀ ਸਰਕਾਰ ਨੂੰ ਤੁਸੀਂ ਔਨ ਗ੍ਰਿਡ ਸਿਸਟਮ ਆ ਉਹ ਸਰਕਾਰ ਵੱਲੋਂ ਨਹੀਂ ਉਹਦੀ ਮਨਜ਼ੂਰੀ ਮਿਲਦੀ ਕਿਉਂਕਿ ਉਹਦੇ ਵਿੱਚ ਤੁਸੀਂ ਆਨ ਗ੍ਰਿਡ ਤਾਂ ਹੀ ਲਾ ਸਕਦੇ ਜੇ ਜੇਕਰ ਤੁਹਾਡਾ ਮਤਲਬ ਤੁਸੀਂ ਸਰਕਾਰ ਨੂੰ ਬੱਤੀ ਵੇਚਦੇ ਜੇ ਹੁਣ ਬੱਤੀ ਵੇਚਣ ਦਾ ਕੀ ਹੁੰਦਾ ਕਿ ਇੱਕ ਤੁਹਾਡੇ ਘਰ ਮੀਟਰ ਲੱਗ ਜਾਂਦਾ ਵਾ ਆਨ ਗ੍ਰਿਡ ਸਿਸਟਮ ਦਾ ਜਿਹੜਾ ਮੈਂ ਤੁਹਾਨੂੰ ਦੱਸਣ ਲੱਗਾ ਕਿ ਇੱਕ ਤੁਹਾਡੇ ਘਰ ਜਿਹੜਾ ਤੁਸੀਂ ਆਨ ਗ੍ਰਿਡ ਸਿਸਟਮ ਆ ਉਹ ਜਿੰਨੀ ਤੁਸੀਂ ਦਿਨੇ ਬੱਤੀ ਵਰਤ ਲਈ ਜਿੰਨੀ ਤੁਸੀਂ ਪੈਦਾ ਕੀਤੀ ਹੈ ਇੱਕ ਜਿਹੜਾ ਕਿਲੋਵਾਟ 5 ਤੋਂ 7 ਜੂੰਟ ਵਾਦਾ ਕਰ ਰਿਹਾ ਹੁਣ ਜੇ ਤੁਹਾਡਾ 3 ਕਿਲੋਵਾਟ ਦਾ ਤੁਸੀਂ ਸਿਸਟਮ ਲਵਾਇਆ ਹੈਗਾ ਵਾ ਉਹ ਤੁਹਾਡੇ 15 ਯੂਨਟ ਜੇ ਪੈਦਾ ਕਰ ਰਿਹਾ ਤੇ ਤੁਸੀਂ ਦਿਨੇ 15 ਯੂਨਟ ਨਹੀਂ ਵਰਤੇ ਔਰ ਜੇਕਰ ਤੁਸੀਂ ਦਿਨੇ 15 ਯੂਨਟ ਨਹੀਂ ਵਰਤੇ ਔਰ ਰਾਤ ਨੂੰ ਤੁਸੀਂ ਆਪਣੇ ਉਹ 15 ਯੂਨਟ ਖਪਤ ਕਰ ਲਏ ਆ ਉਹ 15 ਯੂਨਟ ਜਿਹੜੇ ਤੁਸੀਂ ਨਹੀਂ ਵਰਤੇ ਉਹ ਜਿਹੜਾ ਦਿਨੇ ਤੁਹਾਡੇ ਪੀਐਸਪੀਸੀਐਲ ਨੂੰ ਚਲੇ ਜਾਣਗੇ ਕਿਉਂਕਿ ਜਿਹੜਾ ਮੀਟਰ ਆ ਉਹੋ ਹੀ ਤੁਹਾਡੇ ਜਿਹੜੇ ਪਲੱਸ ਮਾਈਨਸ ਕਰ ਦੂਗਾ ਉਹ ਪੀਐਸਪੀਸੀਐਲ ਦੇ ਵੱਲ ਚਲ ਜਾਣਗੇ ਉਹ ਤੁਸੀਂ 15 ਜੂਟ ਰਾਤ ਨੂੰ ਵਰਤ ਸਕਦੇ ਜੀ ਤੇ ਉਹ ਤੁਹਾਡਾ ਜਿਹੜਾ ਪਲੱਸ ਮਾਈਨਸ 15 ਜੂਟ ਤੁਸੀਂ ਰਾਤ ਵਰਤ ਲੇ ਦਿਨੇ ਤੁਹਾਡੇ ਜਮਾ ਹੋ ਗਏ ਉਧਰ ਤੇ ਉਹ ਤੁਹਾਡਾ ਜਿਹੜਾ ਬਿਲ ਆ ਉਹ ਜ਼ੀਰੋ ਉੱਥੇ ਹੋ ਜਾਊਗਾ ਜੀ ਔਰ ਸਭ ਤੋਂ ਵੱਡੀ ਗੱਲ ਇਹ ਆ ਔਨ ਗ੍ਰਿਡ ਸਿਸਟਮ ਦੇ ਵਿੱਚ ਇਹ ਜਿਹੜਾ ਔਨ ਗ੍ਰਿਡ ਸਿਸਟਮ ਆ ਇਹ ਸਿਰਫ ਜਿੰਨਾ ਚਿਰ ਤੁਹਾਡੀ ਲਾਈਟ ਚੱਲਦੀ ਰਹੂਗੀ ਇਹ ਨੋਟ ਕਰਨ ਵਾਲੀ ਗੱਲ ਆ ਵੀ ਜਿੰਨਾ ਚਿਰ ਤੁਹਾਡੀ ਲਾਈਟ ਚੱਲਦੀ ਰਹੂਗੀ ਇਹ ਔਨ ਗ੍ਰਿਡ ਸਿਸਟਮ ਉਨੇ ਚਿਰ ਕੰਮ ਕਰਦਾ ਜੀ ਉਸ ਤੋਂ ਬਾਅਦ ਜਿਹੜਾ ਵਾ ਉਹ ਕੰਮ ਨਹੀਂ ਕਰਦਾ ਉਹਦੇ ਵਿੱਚ ਇਹ ਨੋਟ ਕਰਨ ਵਾਲੀ ਗੱਲ ਹੈ ਕਿਉਂਕਿ ਉਦੋਂ ਜਿੰਨੇ ਚਿਰ ਲਾਈਟ ਮਗਰੋਂ ਆਉਂਦੀ ਰਹੂਗੀ ਉਨੇ ਚਿਰ ਬੱਤੀ ਵਾਪਸ ਜਿਹੜੀ ਆ ਪੀਐਸਪੀਸੀਲ ਨੂੰ ਜਾਊਗੀ ਅਦਰਵਾਈਜ਼ ਬੱਤੀ ਵਾਪਸ ਨਹੀਂ ਜਾਊਗੀ ਇਹ ਜ਼ਰੂਰ ਨੋਟ ਕਰਨ ਵਾਲੀ ਗੱਲ ਆ ਬਾਕੀ ਜੇ ਤੁਸੀਂ ਆਫ ਗ੍ਰਿਡ ਲਾਉਂਦੇ ਜੇ ਉਹਦੇ ਵਿੱਚ ਤੁਹਾਡੀਆਂ ਬੈਟਰੀਆਂ ਦੇ ਵਿੱਚ ਸਟੋਰ ਹੋ ਜਾਂਦੀ ਆ ਇਸ ਤੁਹਾਨੂੰ ਸੋਲਰ ਸਿਸਟਮ ਬਾਰੇ ਜਿੰਨੀ ਕਿ ਜਾਣਕਾਰੀ ਦਿੱਤੀ ਹੈ ਤਕਰੀਬਨ ਤੁਹਾਨੂੰ ਦੇ ਦਿੱਤੀ ਗਈ ਆ ਜੇਕਰ ਤੁਸੀਂ ਹੋਰ ਵੀ ਕੋਈ ਜਾਣਕਾਰੀ ਲੈਣਾ ਚਾਹੁੰਦੇ ਜੇ ਜਾਂ ਫਿਰ ਤੁਸੀਂ ਸੋਲਰ ਨੂੰ ਲਵਾਉਣਾ ਚਾਹੁੰਦੇ ਜੇ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਜਿਹੜਾ ਪਤਾ ਹੈ ਉਹ ਮੰਗਟ ਟੀਵੀ ਸੈਂਟਰ ਤਰਸਿੱਕਾ ਨਾਲ ਹੀ ਟੈਲੀਫੋਨ এক্সচেਜ ਦੇ ਬਿਲਕੁਲ ਨਾਲ ਕਰਕੇ ਔਰ ਸਾਡੇ ਸੰਪਰਕ ਨੰਬਰ ਨੇ 978109444 92171 40000 ਸੋ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕੋਈ ਵੀ ਜਾਣਕਾਰੀ ਕਿਸੇ ਵੀ ਤਰ੍ਹਾਂ ਦੀ ਸੋਲਰ ਦੇ ਬਾਰੇ ਚਾਹੀਦੀ ਹੋਵੇ ਅਸੀਂ ਸਾਰੀ ਜਾਣਕਾਰੀ ਤੁਹਾਨੂੰ ਮਹੱਈਆ ਕਰਾਵਾਂਗੇ ਔਰ ਆਸ ਕਰਦੇ ਆ ਕਿ ਤੁਹਾਨੂੰ ਜਿਹੜੀ ਦਿੱਤੀ ਗਈ ਜਾਣਕਾਰੀ ਇਹ ਤੋਂ ਤੁਸੀਂ ਸੰਤੁਸ਼ਟ ਹੋਵੋਗੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ